ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਕਰਨ ਹਾਂਡਾ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਵੇਲੇ ਪ੍ਰਚਾਰ ਦੌਰਾਨ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਸਤੀ ਦਿੱਤੀ ਜਾਏਗੀ ਮੁਫਤ ਵੀ ਦਿੱਤੀ ਜਾਏਗੀ ਤੇ ਉਹ ਵਾਅਦਾ ਹੁਣ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਇਸ ਵਾਰ ਜਦੋਂ ਬਿਜਲੀ ਦੇ ਬਿੱਲ ਆਏ ਤਾਂ ਲੱਖਾਂ ਹੀ ਲੋਕਾਂ ਨੂੰ ਬਿਜਲੀ ਦਾ ਬਿੱਲ ਆਇਆ ਜ਼ੀਰੋ ਯਾਨੀ ਕਿ ਜ਼ੀਰੋ ਬਿਜਲੀ ਬਿੱਲ ਦਾ ਜੋ ਵਾਅਦਾ ਸੀ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਜੋ ਵਾਅਦਾ ਆਪ ਸਰਕਾਰ ਦਾ ਜ਼ੀਰੋ ਬਿੱਲ ਦਾ ਵਾਅਦਾ ਅਮਲ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਇਸ ਵਾਰ ਜਦੋਂ ਬਿੱਲ ਆਏ 27 ਜੁਲਾਈ ਤੋਂ 28 ਜਿਹੜਾ ਕਿ ਆਗਸਤ ਦੇ ਵਿੱਚਕਾਰ ਦੇ ਜਿਹੜੇ ਬਿੱਲ ਆਏ ਨੇ ਉਸ ਦੇ ਵਿੱਚ 42 ਲੱਖ ਲੋਕਾਂ ਨੂੰ ਜਿਹੜਾ ਕਿ ਆ ਬਿੱਲ ਭੇਜਿਆ ਗਿਆ ਜਿਸ ਦੇ ਵਿੱਚੋਂ 22 ਲੱਖ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਤੇ ਇਹ ਸਭ ਕੁਝ ਸਾਹਮਣੇ ਆਇਆ ਹੈ ਅ ਅੰਕੜਿਆਂ ਦੇ ਵਿੱਚ ਜਿੱਥੇ ਵੱਖ-ਵੱਖ ਜ਼ੋਨਾਂ ਦੇ ਭਾਰਤ ਦੇ ਮਾਫ ਕਰਨਾ ਪੰਜਾਬ ਦੇ ਵੱਖ-ਵੱਖ ਜ਼ੋਨਾਂ ਦੇ ਜਦੋਂ ਅੰਕੜੇ ਇਕੱਠੇ ਕੀਤੇ ਗਏ ਤਾਂ ਸਾਹਮਣੇ ਆਇਆ ਕਿ ਕਿਸ ਕਿਸ ਜ਼ੋਨ ਦੇ ਵਿੱਚ ਕਿੰਨੇ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਇਸ ਵਾਰ ਮੁਹੱਈਆ ਹੋਇਆ ਯਾਨੀ ਕਿ ਉਹਨਾਂ ਨੂੰ ਕਿੰਨੀ ਸਬਸਿਡੀ ਇਸ ਵਾਰ ਦਿੱਤੀ ਗਈ ਹੈ ਤਾਂ ਕੁੱਲ ਸਬਸਿਡੀ ਜਿਹੜਾ ਕੀ ਹੈ 22 ਲੱਖ ਲੋਕਾਂ ਨੂੰ ਇਸ ਵਾਰ ਜ਼ੀਰੋ ਬਿਜਲੀ ਦਾ ਬਿੱਲ ਆਇਆ ਹੈ ਜਿਸ ਦੇ ਵਿੱਚ ਵੱਡੇ ਪੱਧਰ ਤੇ ਸਬਸਿਡੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਐ ਸੀਐਮ ਮਾਨ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਪੰਜਾਬ ਦੇ ਲੋਕ ਜੇਕਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੰਦੇ ਨੇ ਤਾਂ ਬਿਜਲੀ ਜੋ ਕਿ ਕਿਸੇ ਵੇਲੇ ਦੇਸ਼ ਭਰ ਚ ਪੰਜਾਬ ਚ ਸਭ ਤੋਂ ਮਹਿੰਗੀ ਸੀ ਉਹ ਸਭ ਤੋਂ ਸਸਤੀ ਕੀਤੀ ਜਾਵੇਗੀ ਨਾਲ ਦੀ ਨਾਲ ਮੁਫਤ ਬਿਜਲੀ ਵੀ ਦਿੱਤੀ ਜਾਏਗੀ ਤਾਂ ਉਹ ਮੁਫਤ ਬਿਜਲੀ ਜ਼ੀਰੋ ਬਿਲ ਦਾ ਵਾਅਦਾ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ 750 ਕਰੋੜ ਦੀ ਕੁੱਲ ਸਬਸਿਡੀ ਬਿਜਲੀ ਸਬਸਿਡੀ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁਹੱਈਆ ਕਰਾਈ ਗਈ ਹੈ ਇਹ ਸਬਸਿਡੀ ਨਾ ਸਿਰਫ ਜ਼ੀਰੋ ਬਿਜਲੀ ਬਿੱਲ ਦੇ ਰੂਪ ਦੇ ਵਿੱਚ ਮੁਹੱਈਆ ਕਰਾਈ ਗਈ ਹੈ ਬਲਕਿ ਜਦੋਂ ਬਿਜਲੀ ਸਸਤੀ ਕੀਤੀ ਗਈ ਸੀ ਜਾਨੀ ਕਿ 300 ਯੂਨਟ ਪ੍ਰਤੀ ਮਹੀਨਾ ਮੁਆਫਤਾ ਕੀਤੇ ਹੀ ਗਏ ਨੇ ਪਰ ਉਧਰ ਹੀ ਪਾਵਰ ਕਮ ਵੱਲੋਂ ਜਿਹੜੇ ਅੰਕੜੇ ਸਾਹਮਣੇ ਆਏ ਨੇ ਕਿ 42 ਲੱਖ ਲੋਕਾਂ ਦੇ ਜਿਹੜਾ ਕੀ ਇਹ ਬਿੱਲ ਇਸ ਵਾਰ ਭੇਜੇ ਗਏ ਜਿਨ੍ਹਾਂ ਦੇ ਵਿੱਚੋਂ 22 ਲੱਖ ਘਰਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਆਇਆ ਪੰਜਾਬ ਦੇ ਵੱਖ-ਵੱਖ ਜ਼ੋਨਾਂ ਦੀ ਗੱਲ ਕਰੀਏ ਤਾਂ ਉੱਤਰੀ ਜ਼ੋਨ ਚੋਂ 9 ਲੱਖ ਘਰਾਂ ਨੂੰ ਬਿਜਲੀ ਦੇ ਬਿੱਲ ਭੇਜੇ ਗਏ ਜਿਨ੍ਹਾਂ ਦੇ ਵਿੱਚੋਂ 5 ਲੱਖ 10 ਹਜ਼ਾਰ ਘਰਾਂ ਨੂੰ ਜਿਹੜਾ ਕੀ ਹੈ ਜ਼ੀਰੋ ਬਿੱਲ ਆਏ ਸਰਹੱਦੀ ਜ਼ੋਨ ਬਾਰਡਰ ਇਲਾਕਿਆਂ ਦੀ ਗੱਲ ਕਰੀਏ ਸਰਹੱਦੀ ਜ਼ੋਨ ਦੇ ਵਿੱਚ 8 ਲੱਖ ਲੋਕਾਂ ਨੂੰ ਬਿੱਲ ਭੇਜੇ ਗਏ ਇਹਨਾਂ ਦੇ ਵਿੱਚੋਂ 4 ਲੱਖ 70 ਹਜ਼ਾਰ ਘਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆਏ ਜੇ ਕੇਂਦਰੀ ਜ਼ੋਨ ਦੀ ਗੱਲ ਕਰੀਏ 6 ਲੱਖ ਖਪਤਕਾਰਾਂ ਨੂੰ ਬਿੱਲ ਗਏ 2 ਲੱਖ 95 ਹਜ਼ਾਰ ਘਰਾਂ ਨੂੰ ਕੇਂਦਰੀ ਜ਼ੋਨ ਦੇ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਇਆ ਦੱਖਣੀ ਜ਼ੋਨ ਦੇ ਵਿੱਚ 10 ਲੱਖ ਘਰਾਂ ਨੂੰ ਬਿਜਲੀ ਦੇ ਬਿੱਲ ਭੇਜੇ ਗਏ ਤੇ ਇਹਨਾਂ ਦੇ ਵਿੱਚੋਂ 5 ਲੱਖ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਪੱਛਮੀ ਜ਼ੋਨ ਦੇ ਵਿੱਚ 9 ਲੱਖ ਘਰਾਂ ਨੂੰ ਜਿਹੜਾ ਕੀ ਹੈ ਬਿੱਲਾਂ ਵਿੱਚੋਂ 9 ਲੱਖ ਘਰਾਂ ਦੇ ਬਿੱਲਾਂ ਵਿੱਚੋਂ 430 ਹਜ਼ਾਰ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਇਆ ਕੁੱਲ 7.500 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਖਪਤਕਾਰਾਂ ਨੂੰ ਮੁਹੱਈਆ ਕਰਵਾਈ ਗਈ ਹੈ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਏ ਬਿਜਲੀ ਜਿਹੜਾ ਕਿ ਸਬਸਿਡੀ ਦਿੱਤੀ ਗਈ ਹੈ ਜਿੱਥੇ ਸਿਰਫ ਬਿਜਲੀ ਦਾ ਬਿੱਲ ਜ਼ੀਰੋ ਹੀ ਨਹੀਂ ਬਲਕਿ 3 ਰੁਪਏ ਪ੍ਰਤੀ ਯੂਨਟ ਬਿਜਲੀ ਜਦੋਂ ਸਸਤੀ ਵੀ ਆ ਤਾਂ ਉਸ ਦੇ ਹਿਸਾਬ ਨਾਲ 750 ਕਰੋੜ ਰੁਪਏ ਦੀ ਕੁੱਲ ਸਬਸਿਡੀ ਬਿਜਲੀ ਸਬਸਿਡੀ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਮੁਹੱਈਆ ਕਰਵਾਈ ਗਈ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਗੱਲ ਨੂੰ ਲੈ ਕੇ ਪ੍ਰਚਾਰ ਵੀ ਕੀਤਾ ਗਿਆ ਜਦੋਂ ਚੋਣ ਨਤੀਜੇ ਸਾਹਮਣੇ ਆਉਂਦੇ ਨੇ ਜਦੋਂ ਕਮਾਂਤਰੀ ਪਾਰਟੀਆਂ ਆ ਚੋਂ ਨਤੀਜਿਆਂ ਦੇ ਵਿੱਚ ਪਛੜ ਦਿੱਤੀਆਂ ਜਾਂਦੀਆਂ ਨੇ ਆਮ ਆਦਮੀ ਪਾਰਟੀ ਜੇਤੂ ਸਾਬਤ ਹੁੰਦੀ ਹੈ ਪੰਜਾਬ ਦੀ ਸੱਤਾ ਉੱਤੇ ਕਾਬਜ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੀ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਜਲਦ ਬਿਜਲੀ ਦਾ ਬਿੱਲ ਜ਼ੀਰੋ ਕਰਨ ਵਾਲਾ ਵਾਅਦਾ ਪੂਰਾ ਕੀਤਾ ਜਾਏਗਾ ਤਾਂ ਹੁਣ ਉਹ ਵਾਅਦਾ ਨਿਪਰੇ ਚੜਦਾ ਹੋਇਆ ਨਜ਼ਰ ਆ ਰਿਹਾ ਜਿੱਥੇ 22 ਲੱਖ ਘਰਾਂ ਦੇ ਬਿੱਲ ਜ਼ੀਰੋ ਆਏ ਨੇ ਇਸ ਵਾਰ ਬਿਜਲੀ ਦੇ ਬਿੱਲ ਜ਼ੀਰੋ ਆਏ ਨੇ ਪੰਜਾਬ ਦੇ ਵੱਖ-ਵੱਖ ਜ਼ੋਨਾਂ ਦੀ ਗੱਲ ਕੀਤੀ ਗਈ ਹੈ ਜਿਸ ਦੇ ਵਿੱਚ ਆਂਕੜੇ ਪੇਸ਼ ਕੀਤੇ ਗਏ ਨੇ ਤਾਂ ਹੁਣ ਅੱਜ ਸਾਹਮਣੇ ਆਇਆ ਅੰਕੜਾ ਕਿ 750 ਕਰੋੜ ਰੁਪਏ ਦੀ ਕੁੱਲ ਸਬਸਿਡੀ ਬਿਜਲੀ ਸਬਸਿਡੀ ਦੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮਾਨ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ ਤਾਂ ਅੰਕੜੇ ਜੋ ਸਾਹਮਣੇ ਆਏ ਨੇ ਪੰਜਾਬ ਦੇ ਵੱਖ-ਵੱਖ ਜ਼ੋਨਾਂ ਦੇ ਇਹ ਅੰਕੜੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਕਿਹੜੇ ਜ਼ੋਨ ਦੇ ਵਿੱਚੋਂ ਕਿੰਨੇ ਲੋਕਾਂ ਨੂੰ ਬਿਜਲੀ ਦੇ ਬਿੱਲ ਭੇਜੇ ਗਏ ਤੇ ਕਿੰਨਿਆਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਪਾਵਰਕਾਮ ਵੱਲੋਂ ਹੀ ਇਹ ਅੰਕੜੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਵਰਕਾਮ ਦੇ ਵੱਖ-ਵੱਖ ਜੋ ਆંકੜੇ ਪੇਸ਼ ਕੀਤੇ ਨੇ ਪੰਜਾਬ ਦੇ ਵੱਖ-ਵੱਖ ਜ਼ੋਨਾਂ ਦੇ ਤਾਂ ਉਹਨਾਂ ਦੇ ਵਿੱਚੋਂ ਪੰਜਾਬ ਦੇ ਉੱਤਰੀ ਜ਼ੋਨ ਦੀ ਜੇਕਰ ਗੱਲ ਕਰੀਏ ਤਾਂ ਉੱਤਰੀ ਜ਼ੋਨ ਦੇ ਵਿੱਚ ਜਿੱਥੇ 22 ਲੱਖ ਘਰਾਂ ਦਾ ਬਿਜਲੀ ਦਾ ਬਿੱਲ ਕੁੱਲ ਜ਼ੀਰੋ ਆਇਆ ਪੰਜਾਬ ਦੇ ਵਿੱਚ ਉੱਥੇ ਹੀ ਉੱਤਰੀ ਜ਼ੋਨ ਦੇ ਵਿੱਚ 510000 ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਇਸੇ ਤਰੀਕੇ ਵੱਖ-ਵੱਖ ਜ਼ੋਨਾਂ ਦੇ ਆંકੜੇ ਆਏ ਨੇ ਤੇ ਸਸਤੀ ਬਿਜਲੀ ਦੇ ਨਾਲ ਨਾਲ ਮੁਫਤ ਬਿਜਲੀ ਦੀ ਸਬਸਿਡੀ ਜੋੜੀਏ ਤਾਂ ਕੁੱਲ 750 ਕਰੋੜ ਰੁਪਏ ਦੀ ਜਿਹੜੀ ਸਹਾਇਤਾ ਹੈ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਾਂ ਇੱਕ ਹੋਰ ਚੋਣਵਾਦਾ ਜਿਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਤਾਂ ਜੀ ਵੀ ਕੱਸੇ ਜਾਂਦੇ ਰਹੇ ਜਿਸ ਨੂੰ ਲੈ ਕੇ ਸਵਾਲ ਵੀ ਚੁੱਕੇ ਜਾਂਦੇ ਰਹੇ ਤਾਂ ਉਹੀ ਵਾਅਦਾ ਹੁਣ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਅਕੇ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਬਿਜਲੀ ਸਬਸਿਡੀ ਮੁਹੱਈਆ ਕਰਾਈ ਗਈ ਹੈ। ਕੁੱਲ 750 ਕਰੋੜ ਦੀ ਬਿਜਲੀ ਸਬਸਿਡੀ 22 ਲੱਖ ਘਰਾਂ ਦੇ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਜ਼ੀਰੋ ਆਏ ਨੇ। ਆਂਕੜੇ ਪਾਵਰਕਾਮ ਵੱਲੋਂ ਸਾਂਝੇ ਕੀਤੇ ਗਏ ਨੇ ਕਿ ਕਿੰਨੇ ਲੋਕਾਂ ਨੂੰ ਬਿਜਲੀ ਦੇ ਬਿੱਲ ਭੇਜੇ ਗਏ ਸੀ ਤੇ ਕਿੰਨਿਆਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਤਾਂ ਆਂਕੜੇ ਤੁਹਾਡੀ ਸਕਰੀਨ ਤੇ ਵੀ ਤੁਹਾਨੂੰ ਦਿਖਾ ਰਹੇ ਆ। ਕੁੱਲ 750 ਕਰੋੜ ਰੁਪਏ ਦੀ ਸਬਸਿਡੀ ਬਿਜਲੀ ਸਬਸਿਡੀ ਦੇ ਰੂਪ ਦੇ ਵਿੱਚ ਮੁਹੱਈਆ ਕਰਵਾਈ ਗਈ ਹੈ ਤੇ ਨਾਲ ਦੀ ਨਾਲ 42 ਲੱਖ ਬਿੱਲ ਇਸ ਵਾਰ ਭੇਜਿਆ ਗਿਆ ਤੇ 42 ਲੱਖ ਬਿੱਲ ਦੇ ਵਿੱਚੋਂ 22 ਲੱਖ ਅਜਾਇਹੇ ਕਰ ਸੀ ਜਿਨ੍ਹਾਂ ਨੂੰ ਲਾਹਾ ਮਿਲਿਆ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਇਸ ਵੱਡੇ ਬਦਲਾਅ ਦਾ ਇਹ ਚੋਣ ਵਾਦਾ ਸੀ ਜਿਸ ਨੂੰ ਕਿ ਹੁਣ ਸਿਰੇ ਚੜ੍ਹਿਆ ਗਿਆ 22 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਤੇ ਹੁਣ ਜਿਹੜਾ ਕੀ ਹੈ ਪੰਜਾਬ ਦੇ ਵਿੱਚ ਅਬ ਬਿਜਲੀ ਦੇ ਬਿੱਲ ਦੀ ਜੋ ਮਾਰ ਪੰਜਾਬ ਦੇ ਲੋਕਾਂ ਨੂੰ ਸਹਿਣੀ ਪੈਂਦੀ ਸੀ ਉਸ ਤੋਂ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਜੋ ਉਹ ਨੇਪਰੇ ਚੜ੍ਹਦਾ ਹੋਇਆ ਨਜ਼ਰ ਆ ਰਿਹਾ ਹੈ